ਤੇ ਰਾਜਨੀਤਿਕ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਕਰਵਾਇਆ ਜਾ ਰਿਹਾ। कांग्रेस सरकार अपने साथियों ਨੂੰ ਗੁੰਮਰਾਹ ਕਰ ਸਕਦੀ ਹੈ ਪਰ ਪੂਰੇ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ ਕਿਉਂਕਿ ਕਿਸਾਨ ਮੈਂ ਸਮਝਦਾ ਹਾਂ ਸ਼ਰੀਫ ਔਰ ਬੇਬਸ ਲੋਕ ਤੇ ਗਰੀਬ ਦੇ ਮੁੰਡਾ ਜੰਮਦੇ ਕਦੀ ਸਿੰਗਰ ਪਹੁੰਚਿਆ ਫ੍ਰੀ ਚ ਗਾਣਾ ਗਾ ਇਹ ਪੈਸੇ ਲੈ ਕੇ ਪੇੜ ਪ੍ਰਦਰਸ਼ਨ ਕਰ ਰਿਹਾ ਕਿ ਭਾਈ ਉੱਥੇ ਜਾਓ ਤੁਹਾਨੂੰ ਦੇਖਣ ਨੌਜਵਾਨ ਆਣ ਤੁਹਾਨੂੰ ਦੇਖਣ ਭੀੜ ਪਵੇ ਕਿਸਾਨ ਜਿਹੜੇ ਆ ਹੌਲੀ ਹੌਲੀ ਸਮਝ ਰਹੇ ਆ ਕਾਂ ਉਤੇ ਕੇਵਲ ਕੇਵਲ ਇਹ ਭੜਕਾਊ ਕੰਮ ਕਰਾਉਣ ਵਾਲੇ ਨੇਤਾ ਹੀ ਰਹਿ ਜਾਣੇ ਆ ਕਿਸਾਨ ਨਹੀਂ ਰਹਿਣੇ। हलचल टुडे देख रहे तमाम दर्शकों का स्वागत है, मैं कीर्ति। अज उचेचे तौर पर जिवें सारे जानते हैं कि राष्ट्रपति वालों भी हस्ताक्षर जिहड़े कर दिते गए ने, तीनों बिल पास हो गए ने। धरनिया के दौरान एडा मुजहारा लगा होया सी, उहदे दौरान जदों लोक सभा च पास होया, प्रोटेस्टां दे दौरान ही राज्यसभा दे विच पास हुंदा बिल। उस तों बाद सारिआं नूं पता है कि पार्लीमेंट दे विच की हालात सी उस दिन जिस दिन बिल पास होया। सो सारिआं तमाम जानकारियां ते होर भी जिहड़ीआं नाल रलदीआं जानकारियां ने उह लैण दे लई असीं उचेचे तौर ते एडवोकेट अशोक सहीम दे कोल पहुंचे हां, जिहड़े भाजपा दे युवा मोर्चा दे उप प्रधान भी ने। सो उहनां दे नाल गल्लबात जिहड़ी असीं करदे हां। अशोक जी, पहलां तां बहुत बहुत स्वागत है तुहाडा। बहुत-बहुत धन्यवाद जी। जी असीं गल करिए कि लगातार धरना प्रदर्शन किसानां वल्लों दित्ता जा रहा सी, मुजहारा बड़े वड्डे लैवल ते जिहड़ा कीता जा रहा सी। दूसरे पासे जदों मुजहारा हो रहा सीगा, एमएसपी दा रोला सीगा, ते उहदे दौरान भी लोक सभा च भी बिल पास हो गया, राज्य सभा च भी पास हो गया। पहला सवाल ही मेरा बनदा कि राज्य सभा दे विच माहौल असीं सारे जाणदे आं, उस दिन क्यों इहो जिहा माहौल क्रिएट कीता गया जां कोई होर कारण सीगा? चाहे लोक सभा दे राज्य सभा दे अंदर दी गल होवे, चाहे राज्य सभा दे बाहर सड़कां दी गल होवे, पंजाब दी गल होवे, केवल पहला तां इह तुहानूं दस देना चाहुंदा कि केवल विरोध हुण पंजाब च है, पहला भी पंजाब च सी। और इह जिहड़ा विरोध है इह राजनीतिक पार्टियां वल्लों किसानां नूं गुमराह करके करवाया जा रहा, इक प्लैन है उहनां दा। और इह जिहड़ा कानून है हुण कानून बन गया, इह किसानां नूं मजबूत करन दा कानून है, किसानां नूं करजा मुक्त करन दा कानून है, किसानां नूं आत्मनिर्भर बनाउण दा कानून है, आड़तियां दा कारोबार वधाउण दा कानून है, आड़तियां नूं मजबूत करन दा कानून है। और इह कानून खिलाफ है उहनां विचोलियां दे जिहड़े हर साल लखां करोड़ां रुपए दा सरकारी गेहूं पहलां मिली भुगत करके बेकार घोषित करांदे सी, फिर उहनां नूं बकांदे सी ते करोड़ां रुपया खांदे सी। ਇਹ ਉਹਨਾਂ ਦੇ ਖਿਲਾਫ ਕਾਨੂੰਨ ਹੈ, ਕਿਸਾਨਾਂ ਆੜਤੀਆਂ ਦੇ ਦੇਸ਼ ਦੇ ਹੱਕ ਵਾਲਾ ਕਾਨੂੰਨ ਹੈ। ਪਰ ਇਹ ਤੁਸੀਂ ਐਡਵੋਕੇਟ ਸਾਹਿਬ ਗੱਲ ਇਹ ਕਹਿ ਰਹੇ ਹੋ ਵੀ ਹੱਕ ਦਾ ਕਾਨੂੰਨ ਹੈ, ਫਿਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਸਰਕਾਰ ਜਿਹੜੀ ਕਾਂਗਰਸ ਉਹ ਗੁੰਮਰਾਹ ਕਰ ਰਹੀ, ਕਾਂਗਰਸ ਸਰਕਾਰ ਆਪਣੇ ਸਾਥੀਆਂ ਨੂੰ ਗੁੰਮਰਾਹ ਕਰ ਸਕਦੀ ਹੈ ਪਰ ਪੂਰੇ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ 25 ਸਤੰਬਰ ਨੂੰ ਜਦੋਂ ਪੰਜਾਬ ਬੰਦ ਸੀ, ਨਿੱਕੇ ਤੋਂ ਲੈ ਕੇ ਵੱਡਾ ਹਰ ਇੱਕ ਬੰਦਾ ਸੜਕਾਂ ਤੇ ਸੀਗਾ, ਤੇ ਜਦੋਂ ਕਿਸਾਨਾਂ ਦਾ ਇਕੱਲਾ ਜਥੇਬੰਦੀ ਕਿਸਾਨ ਜਿਹੜੀ ਯੂਨੀਅਨ ਸੀਗੀ ਉਹਨਾਂ ਦੀ ਪੀਏਪੀ ਉਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ, ਤਾਂ ਉਹ ਸਾਰੀਆਂ ਪਾਰਟੀਆਂ ਦਾ ਵਿਰੋਧ ਕਰ ਰਹੇ ਸੀ ਜਿਹੜੀ ਜਿਹੜੀ ਪਾਰਟੀ ਉਹਨਾਂ ਦੇ ਕੋਲ ਆ ਰਹੀ ਸੀਗੀ। ਤੁਸੀਂ ਕਹਿ ਰਹੇ ਕਿ ਉਹਨਾਂ ਦੇ ਲਈ ਬੈਨੀਫਿਟ ਵਾਲਾ ਹੋਏਗਾ, ਪਰ ਕਿਸਾਨਾਂ ਨੂੰ ਕਿਉਂ ਲੱਗਦਾ ਵੀ ਉਹਨਾਂ ਦੇ ਲਈ ਇਹ ਬੜਾ ਮਾੜਾ ਹੋਏਗਾ ਕਿਉਂਕਿ ਉਹਨਾਂ ਦੇ ਵਿੱਚੋਂ ਜਿਹੜਾ ਵਿਚੋਲਗੀਰੀ ਹੈ, ਜਿਹੜਾ ਥੜੇ ਥੁੜੇ ਨੂੰ ਜਦੋਂ ਉਹਨਾਂ ਨੂੰ ਕੋਈ ਲੋੜ ਹੁੰਦੀ ਸੀ ਤਾਂ ਉਹ ਚੀਜ਼ ਕਰ ਲੈਂਦੇ ਸੀ, ਸਾਰਾ ਕੁਝ ਪ੍ਰਾਈਵੇਟ ਹੋ ਜਾਏਗਾ, ਉਹਨਾਂ ਨੂੰ ਖਤਰਾ ਇਸ ਚੀਜ਼ ਦਾ, ਐਮਐਸਪੀ ਖਤਮ ਹੋਣ ਦੀ ਤਦਾਦ ਤੇ ਪਹੁੰਚ ਗਈ ਹੈ, ਤਾਂ ਤੁਸੀਂ ਕਿਵੇਂ ਉਹਨਾਂ ਨੂੰ ਇਹ ਕਹਿ ਸਕਦੇ ਹੋ ਵੀ ਇਹ ਸਹੀ ਸੀਗਾ ਤੇ ਕਾਂਗਰਸ ਸਰਕਾਰ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਨੂੰ, ਕਲਾਕਾਰਾਂ ਨੂੰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਲਾਕਾਰ ਵੀ ਉਹਨਾਂ ਦੇ ਵਿੱਚ ਨਿੱਤਰ ਚੁੱਕੇ ਨੇ? ਮੈਂ ਤੁਹਾਨੂੰ ਦੱਸਣਾ, ਤੁਹਾਨੂੰ ਇਹੀ ਤਾਂ ਦੇ ਸਵਾਲ 'ਚ ਤੁਹਾਡਾ ਜਵਾਬ ਹੈ, ਐਮਐਸਪੀ ਕਿੱਥੇ, ਕੌਣ ਕਹਿ ਰਿਹਾ ਖਤਮ ਹੋ ਰਹੀ, ਕਿਹਨੇ ਕਿਹਾ? ਐਮਐਸਪੀ ਤੇ ਖਰੀਦ ਸ਼ੁਰੂ ਹੋ ਗਈ ਅੱਜ ਦੀ, ਸਵੇਰ ਦੀ ਅਖਬਾਰ ਪੜ੍ਹ ਲਈਓ, ਹੁਣ ਦਾ ਟੀਵੀ ਦੇਖ ਲਓ। ਪਰ ਮੈਂ ਇਹ ਤੁਹਾਨੂੰ ਵੀ ਦੱਸ ਦਿੰਦੀ, ਕਿਸਾਨਾਂ ਨੂੰ ਅਸੀਂ ਇਹ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਸਾਨਾਂ ਦਾ ਇਹ ਮੁੱਦਾ ਆ ਕਿ ਐਮਐਸਪੀ ਹੁਣੇ ਸਾਨੂੰ ਲਗਾ ਕੇ ਕਹਿ ਰਹੇ ਨੇ ਪਰ ਸਾਲ ਬਾਦੀ, ਕਿਉਂਕਿ ਇਹ ਲਿਖ ਦਿੱਤਾ ਗਿਆ ਕਿ 3 ਸਾਲ ਤੱਕ ਦੇਖਾਂਗੇ ਜੇ ਇਹ ਕਾਨੂੰਨ ਸਹੀ ਰਿਹਾ ਤੇ ਠੀਕ ਹੈ, ਨਹੀਂ ਤੇ ਵਿੱਚ ਸੋਧ ਜਿਹੜੇ ਉਹ ਕੀਤੇ ਜਾਣਗੇ। ਪਰ ਕਿਸਾਨਾਂ ਨੂੰ ਮੈਂ ਇਹੀ ਤੁਹਾਨੂੰ ਬਾਰ ਬਾਰ ਪੁੱਛ ਰਹੀ ਹਾਂ ਵੀ ਕਿਸਾਨਾਂ ਨੂੰ ਕਿਉਂ ਖਤਰਾ, ਤੁਹਾਨੂੰ ਕਿਉਂ ਲੱਗਦਾ ਕਿ ਕਾਂਗਰਸ ਸਰਕਾਰ ਜਿਹੜੀ ਗੁੰਮਰਾਹ ਕਰ ਰਹੀ ਹੈ? ਇੱਕ ਬੰਦੇ ਨੂੰ ਕਰ ਸਕਦੇ ਹੋ, ਆਪਣੇ ਸਾਥੀਆਂ ਨੂੰ ਕਰ ਸਕਦੇ, ਪੂਰੇ ਕਿਸਾਨਾਂ ਨੂੰ ਕਿਵੇਂ ਗੁੰਮਰਾਹ ਕਰ ਸਕਦੇ? ਫਿਰ ਉਸੇ ਗੱਲ ਤੇ ਆ ਗਿਆ, ਕਿਸਾਨ ਮੈਂ ਸਮਝਦਾ ਹਾਂ ਸ਼ਰੀਫ ਔਰ ਬੇਬਸ ਲੋਕ, ਮਤਲਬ ਸ਼ਰੀਫ ਹੈ ਔਰ ਇਮਾਨਦਾਰ ਵਿਅਕਤੀ ਹੁੰਦੇ ਆ, ਕਿਸਾਨ ਭਾਵੁਕ ਇਨਸਾਨ ਹੁੰਦੇ ਆ। ਚਲੋ ਸਾਡੇ ਦੋਹਾਂ ਦੀ ਉਮਰ ਛੋਟੀ ਹੈ,
ਜਦੋਂ ਡੈਮ ਲੱਗੇ ਸੀ ਨਾ ਦੇਸ਼ ਦੇ ਵਿੱਚ ਉਦੋਂ ਕਿਸਾਨਾਂ ਨੂੰ ਇਹ ਕਹਿ ਕੇ ਵਿਰੋਧੀਆਂ ਨੇ ਗੁੰਮਰਾਹ ਕਰ ਦਿੱਤਾ ਕਿ ਜਿਹੜਾ ਤੁਹਾਡੇ ਖੇਤ 'ਚ ਪਾਣੀ ਆਉਣਾ ਹੈ ਉਸ 'ਚ ਸਰਕਾਰ ਨੇ ਪਹਿਲਾਂ ਬਿਜਲੀ ਕੱਢ ਲੈਣੀ ਹੈ ਤੇ ਉਪਜ ਕਿੱਦਾਂ ਹੋਏਗੀ ਤੇ ਅੱਜ ਉਪਜ ਨਹੀਂ ਹੋ ਰਹੀ ਉਸੇ ਤਰ੍ਹਾਂ ਕੁਝ ਸਮੇਂ ਲਈ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਸੀਗਾ ਪਰ ਆਉਂਦੇ ਸਮੇਂ ਨੂੰ ਸਭ ਕੁਝ ਠੀਕ ਹੋ ਗਿਆ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਆਪਣੇ ਚੁਣਾਵੀ ਵੋਟਾਂ ਲੈਣ ਦੇ ਲਈ ਉਹ ਪੂਰੀਆਂ ਨਹੀਂ ਕਰ ਸਕੇ ਲੋਕਾਂ ਦੇ ਮੱਥੇ ਲੱਗ ਨਹੀਂ ਸਕਦੇ ਸੀ ਪਿੰਡਾਂ 'ਚ ਜਾ ਨਹੀਂ ਸਕਦੇ ਸੀਗੇ ਉਹਨਾਂ ਨੇ ਇੱਕ ਇਹ ਸਾਜਿਸ਼ ਰਚ ਲਈ ਕਿ ਕਿਸੇ ਤਰ੍ਹਾਂ ਇਸ ਕੰਮ ਨੂੰ ਰੋਕੇ ਇਸ ਕੰਮ ਦੇ ਵਿੱਚ ਕੱਲੀਆਂ ਦੇ ਮਤਲਬ ਇੰਟਰਨਲ ਤਾਕਤਾਂ ਨਹੀਂ ਹੈ ਕੋਈ ਹੋਰ ਬੜੇ ਸਾਰੇ ਲੋਕ ਹੈ ਜਿਹੜੇ ਮੈਂ ਤੁਹਾਨੂੰ ਜਿਵੇਂ ਦੱਸਿਆ ਜਿਨ੍ਹਾਂ ਦਾ ਧੰਦਾ ਸੀ ਹਰ ਸਾਲ ਕਰੋੜਾਂ ਰੁਪਈਆਂ ਦਾ ਅਨਾਜ ਨੂੰ ਬੇਕਾਰ ਘੋਸ਼ਿਤ ਕਰਾਉਣਾ ਤੇ ਕਰੋੜਾਂ ਰੁਪਈਆ ਖਾਣਾ ਇਹ ਸਿੰਗਰ ਜਿਹੜੇ ਜਾ ਰਹੇ ਹੈ ਮੈਨੂੰ ਇਹ ਦੱਸੋ ਕਿਸੇ ਗਰੀਬ ਦੇ ਮੁੰਡਾ ਜੰਮ ਜੇ ਕਦੀ ਸਿੰਗਰ ਪਹੁੰਚਿਆ ਫ੍ਰੀ ਚ ਗਾਣਾ ਗਾ ਇਹ ਪੈਸੇ ਲੈ ਕੇ ਪੇੜ ਪ੍ਰਦਰਸ਼ਨ ਕਰ ਰਿਹਾ ਹੈ ਇਹ ਲੋਕਾਂ ਨੂੰ ਇਸ ਲਈ ਸਰਕਾਰ ਭੇਜ ਰਹੀ ਹੈ ਸਿੰਗਰਾਂ ਨੂੰ ਕਿ ਭਾਈ ਉੱਥੇ ਜਾਓ ਤੁਹਾਨੂੰ ਦੇਖਣ ਨੌਜਵਾਨ ਆ ਤੁਹਾਨੂੰ ਦੇਖਣ ਭੀੜ ਪਵੇ ਕਿਸਾਨ ਜਿਹੜੇ ਆ ਹੌਲੀ ਹੌਲੀ ਸਮਝ ਰਹੇ ਹੈ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਹੈ ਕਿ ਕੁਛ ਦਿਨਾਂ ਬਾਅਦ ਸੜਕਾਂ ਉੱਤੇ ਕੇਵਲ ਔਰ ਕੇਵਲ ਇਹ ਭੜਕਾਊ ਕੰਮ ਕਰਾਉਣ ਵਾਲੇ ਨੇਤਾ ਹੀ ਰਹਿ ਜਾਣੇ ਹੈ ਕਿਸਾਨ ਨਹੀਂ ਰਹਿਣੇ ਕਿਸਾਨਾਂ ਨੂੰ MSP ਦੇ ਪੈਸੇ ਵੀ ਮਿਲਣੇ ਹੈ ਕਿਸਾਨਾਂ ਨੂੰ ਇਹ ਮਜ਼ਬੂਤ ਕਰਨ ਦਾ ਜਿਹੜਾ ਇਹਨਾਂ ਨੇ ਮਜ਼ਬੂਰ ਬਣਾਏ ਹੋਏ ਸੀ ਕਿਸਾਨ ਅੱਜ ਮਜ਼ਬੂਤ ਬਣਨ ਵੱਲ ਚੱਲ ਗਏ 2022 ਤੱਕ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਹੋਰ ਪਾਰਟੀਆਂ ਚੁਣਾਵੀ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੇ ਚੌੜੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਮੋਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕੀਤਾ ਔਰ ਕਰ ਰਿਹਾ ਇਸੇ ਚੀਜ਼ ਤੋਂ ਇਹ ਘਬਰਾ ਗਏ ਹੈ ਕਿ ਜਿਸ ਤਰ੍ਹਾਂ ਜਿਸ ਸਪੀਡ ਨਾਲ ਜਿਸ ਸੋਚ ਨਾਲ ਮੋਦੀ ਜੀ ਲੱਗੇ ਆ ਸਾਡੇ ਕੋਲ ਕੋਈ ਮੁੱਦਾ ਹੀ ਨਹੀਂ ਰਹਿ ਜਾਣਾ ਪਰ ਅੱਜ ਦੀ ਜਾਣਕਾਰੀ ਲਈ ਦੱਸਦਾ ਆੜਤੀਆਂ ਨੇ ਵੀ ਐਲਾਨ ਕਰ ਦਿੱਤਾ ਕਿ 256 ਕਰੋੜ ਸਾਡਾ ਮੁਆਵਜ਼ਾ ਰਹਿੰਦਾ ਹੈ ਮੋਦੀ ਸਾਹਿਬ ਪਹਿਲਾਂ ਉਹ ਦੇ ਦਿਓ ਨਹੀਂ ਤਾਂ 1 ਤਰੀਕ ਤੋਂ ਸਾਡਾ ਵੀ ਪ੍ਰੋਟੈਸਟ ਜਿਹੜਾ ਸ਼ੁਰੂ ਹੋ ਜਾਣਾ ਇੱਥੇ ਕੀ ਕਹਿਣਾ ਚਾਹੁੰਦਾ ਹੋਰ ਮੈਂ ਜਾਣਕਾਰੀ ਦੇਣਾ ਚਾਹੁੰਦਾ ਸ਼ਾਇਦ ਤੁਹਾਡੇ ਜਾਣਕਾਰੀ 'ਚ ਨਾ ਹੋਵੇ ਇਹ ਇਸੇ ਸਾਲ ਇੱਕ ਕਣਕ ਚੱਕੀ ਹੈ ਜਿਹੜੀ ਉਹਦੇ 'ਚ ਕਿਤੇ ਪੰਜਾਬ ਸਰਕਾਰ ਨੇ 9.68 ਰੁਪਏ ਪ੍ਰਤੀ ਕੁਇੰਟਲ ਕੱਟਿਆ ਹੈ FCI ਨੇ ਨਹੀਂ ਕੱਟੇ ਕੇਂਦਰ ਸਰਕਾਰ ਨੇ ਨਹੀਂ ਕੱਟੇ ਪੰਜਾਬ ਨੇ ਕੱਟਿਆ ਹੈ ਕੇਂਦਰ ਸਰਕਾਰ ਨੇ ਉਹਨਾਂ ਆੜਤੀਆਂ ਨੂੰ ਕਿਹਾ ਹੈ ਕਿ ਭਾਈ ਤੁਸੀਂ 9.68 ਰੁਪਏ ਕਿਸਾਨਾਂ ਦੇ ਕਿਉਂ ਕੱਟੇ ਹੈ ਸਾਨੂੰ ਇਹ ਸਮਝਾਓ ਲੱਖਾਂ ਕਰੋੜਾਂ ਰੁਪਈਆ ਤਾਂ ਪਹਿਲਾਂ ਪੰਜਾਬ ਸਰਕਾਰ ਦਾ ਆੜਤੀਆਂ ਨੇ ਰੋਕ ਲਿਆ ਕਿਸਾਨਾਂ ਦਾ ਉਹ 9.68 ਰੁਪਏ ਪ੍ਰਤੀ ਕੁਇੰਟਲ 1925 ਰੁਪਏ ਚੋਂ 9.68 ਰੁਪਏ ਕੱਟ ਲਓ ਕਿੰਨੇ ਕੁਇੰਟਲਾਂ ਦੇ ਹਿਸਾਬ ਨਾਲ ਜਿੰਨੇ ਕੁਇੰਟਲ ਕਣਕ ਖਰੀਦੀ ਹੈ ਤੇ ਉਨੇ ਪੈਸੇ ਕਰੋੜਾਂ ਰੁਪਈਆ ਇਹਨਾਂ ਨੇ ਰੋਕਿਆ ਔਰ ਮੋਦੀ ਸਰਕਾਰ ਨੇ ਕਿਸੇ ਦੇ ਪੈਸੇ ਨਹੀਂ ਰੋਕੇ ਔਰ ਨਾ ਹੀ ਰੋਕਦੀ ਹੈ ਔਰ ਮੈਂ ਤੁਹਾਨੂੰ ਫੇਰ ਇਹ ਦੁਬਾਰਾ ਕਹਿੰਦਾ ਇਹ ਆੜਤੀ ਭਰਾਵਾਂ ਨੂੰ ਵੀ ਗੁੰਮਰਾਹ ਦੇਖੋ ਠੀਕ ਹੈ ਇੱਕ ਪਾਸੇ ਅਸੀਂ ਮੰਨ ਲੈਂਦੇ ਕਿਸਾਨ ਗੁੰਮਰਾਹ ਹੋ ਗਏ ਇੱਕ ਪਾਸੇ ਅਸੀਂ ਮੰਨ ਲੈਂਦੇ ਆੜਤੀ ਗੁੰਮਰਾਹ ਹੋ ਗਏ ਨੌਜਵਾਨ ਵੀ ਗੁੰਮਰਾਹ ਹੋ ਗਏ ਕਿਉਂਕਿ ਨੌਜਵਾਨ ਪੀੜ੍ਹੀ ਵੀ ਅੱਜ ਸੜਕਾਂ ਤੇ ਉਹਨਾਂ ਨੂੰ ਵੀ ਖਤਰਾ ਲੱਗ ਰਿਹਾ ਕਿ ਸਾਡਾ ਫਿਊਚਰ ਜਿਹੜਾ ਭਵਿੱਖ ਜਿਹੜਾ ਸਾਡਾ ਖਤਰੇ 'ਚ ਆ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਮਾੜਾ ਆਏਗਾ ਕਿਉਂਕਿ ਸਾਰਾ ਕੁਝ ਪ੍ਰਾਈਵੇਟ ਹੋ ਜਾਏਗਾ ਜਿੱਥੇ ਅਸੀਂ ਜ਼ਮੀਂਦਾਰ ਸੀ ਉੱਥੇ ਮਜ਼ਦੂਰ ਬਣ ਜਾਾਂਗੇ ਕੀ ਮੈਂ ਪੁੱਛਣਾ ਚਾਹੁੰਦੀ ਕਿ ਜੇ ਉਹ ਮਜ਼ਦੂਰ ਬਣ ਜਾਂਦੇ ਕਿ ਮਜ਼ਦੂਰਾਂ ਦਾ ਵੀ ਅਲਟਰਨੇਟਿਵ ਹੋਊਗਾ ਕੋਈ ਜਿੱਦਾਂ ਯੂਪੀ ਦੇ ਵਿੱਚ MSP ਖਤਮ ਹੋਇਆ ਤੇ ਉਹ ਇੱਥੇ ਆ ਕੇ ਮਜ਼ਦੂਰੀ ਕਰਦੇ ਸੀ ਤੇ ਇਹ ਕਿੱਥੇ ਜਾਣਗੇ ਦੇਖੋ ਫਿਰ ਤੁਸੀਂ ਕਾਨੂੰਨ ਜਾਣ ਤੁਸੀਂ ਪੜਿਆ ਨਹੀਂ ਆਰਡੀਨੈਂਸ ਪੂਰਾ ਇਹਦੇ ਚ ਸਭ ਤੋਂ ਪਹਿਲਾਂ ਲੈਂਡ ਰਾਈਟ ਦਾ ਐਕਟ ਦਿੱਤਾ ਹੈ ਜੀ ਪਹਿਲਾਂ ਕਿਸਾਨ ਨੂੰ ਕੋਈ ਮੈਂ ਹੀ ਸੀਗਾ ਜੇ ਮੈਂ ਕਿਸਾਨ ਨੂੰ 50,000 ਦੇ ਦਿੰਦਾ ਸੀ ਤਾਂ ਉਹਦੀ ਜ਼ਮੀਨ ਲਿਖਾ ਲੈਂਦਾ ਸੀ ਜੀ ਹੁਣ ਕਿਸਾਨ ਭਾਵੇਂ 5,00,000 ਲੈ ਲਵੇ ਉਹਦੀ ਫਸਲ ਦੀ ਮੁੱਲ ਦੀ ਮਾਲਕੀ ਹੋਣੀ ਹੈ ਕਿਸੇ ਦੀ ਜ਼ਮੀਨ ਦੀ ਮਾਲਕੀ ਲੈਣ ਦਾ ਕਾਨੂੰਨੀ ਅਧਿਕਾਰ ਹੀ ਖਤਮ ਕਰ ਦਿੱਤਾ ਇਹ ਤਾਂ ਕਿਸਾਨਾਂ ਦੀ ਜ਼ਮੀਨ ਬਚਾਉਣ ਦਾ ਬਿੱਲ ਹੈ ਅਸ਼ੋਕ ਜੀ ਜਿਹੜੀ ਗੱਲ ਤੁਸੀਂ ਮੈਨੂੰ ਸਮਝਾ ਰਹੇ ਹੋ ਸਾਡੇ ਮਾਧਿਅਮ ਰਾਹੀਂ ਸਾਡੇ ਦਰਸ਼ਕਾਂ ਤੱਕ ਪਹੁੰਚਣੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ BJP ਨੂੰ ਇਹੋ ਜਿਹਾ ਉਪਰਾਲਾ ਕਰ ਲੈਣਾ ਚਾਹੀਦਾ ਸੀ ਵੀ ਗਰੁੱਪ ਵਾਈਜ਼ ਜਾ ਕੇ ਸਾਰਿਆਂ ਨੂੰ ਇਹ ਗੱਲ ਸਮਝਾਉਣ ਦਾ ਬੀੜਾ ਚੱਕ ਲੈਣਾ ਚਾਹੀਦਾ ਸੀ ਵੀ ਜਿਹੜਾ ਐਡਾ ਵੱਡਾ ਪ੍ਰੋਟੈਸਟ ਹੋ ਰਿਹਾ ਹੁਣ ਕਿਸਾਨਾਂ ਨੇ ਅੱਜ ਹੀ ਐਲਾਨ ਕੀਤਾ ਆ ਕਿ 1 ਤਰੀਕ ਨੂੰ ਇਹਨਾਂ ਨੇ ਜਿਹੜੀ ਉਹ ਰੇਲ ਰੋਕਣੀ ਆ ਫਿਰੋਜ਼ਪੁਰ ਦੇ ਵਿੱਚ ਉਸ ਤੋਂ ਬਾਅਦ ਇਹ ਦਿੱਲੀ ਨੂੰ ਕੂਚ ਕਰਨਗੇ ਉੱਥੇ ਕੀ ਕਹਿਣਾ ਚਾਹੁੰਦੇ ਤੁਸੀਂ ਚਿੰਤਾ ਨਾ ਕਰੋ ਜੀ ਅੱਜ ਤੁਹਾਡੇ ਮਾਧਿਅਮ ਤੋਂ ਇਹ ਮੇਰੇ ਹਿਸਾਬ ਨਾਲ ਹਜ਼ਾਰਾਂ ਲੋਕਾਂ ਤੱਕ ਜਾਏਗਾ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਲੋਕ ਲੱਗੇ ਆ ਔਰ ਅਸੀਂ ਪੰਜਾਬ ਪੰਜਾਬੀਅਤ ਦੇ ਲਈ ਕੰਮ ਕਰ ਰਹੇ ਹਾਂ ਔਰ ਮੈਂ ਕਹਿਣਾ ਕਿ ਕਿਸੇ ਵੀ ਤਰ੍ਹਾਂ ਜਿਹੜਾ 3 ਸਾਲ ਦਾ ਤੁਸੀਂ ਕਿਹਾ ਅਨੁਰਾਗ ਠਾਕੁਰ ਜੀ ਸਾਡੇ ਕੇਂਦਰੀ ਮੰਤਰੀ ਹੋਣਗੇ 3 ਸਾਲ ਦੀ ਅਸੀਂ ਪ੍ਰੋਵੀਜ਼ਨ ਇਸੇ ਲਈ ਲੱਗੀ ਹੈ ਇਹ ਜ਼ਰੂਰੀ ਨਹੀਂ ਹੈ ਕਿ 3 ਸਾਲ ਬਾਅਦ ਹੀ ਜੇ 3 ਮਹੀਨਿਆਂ ਬਾਅਦ ਵੀ ਕਿਸਾਨਾਂ ਨੂੰ ਲੱਗਿਆ ਨਾ ਇਹ ਸਾਡੇ ਮਤਲਬ ਖਿਲਾਫ ਹੈ
ਤੇ ਅਸੀਂ 3 ਮਹੀਨਿਆਂ ਬਾਅਦ ਵੀ ਸੋਧ ਕਰ ਦਿਆਂਗੇ ਪਰ ਇਹਦੇ ਚ ਕੁਝ ਹੈ ਹੀ ਨਹੀਂ ਇਹ ਸਿਰਫ ਸਮਝਣ ਦੀ ਲੋੜ ਹੈ ਜਿਹੜੇ ਸਾਡੇ ਭਾਵੁਕ ਕਿਸਾਨ ਭਰਾ ਹੈ ਉਹਨਾਂ ਨੂੰ ਇਹ ਸਮਝਾਉਣਾ ਨਹੀਂ ਚਾਹੁੰਦੇ ਹਲੇ ਥੋੜੇ ਦਿਨ ਇਹਨਾਂ ਦੇ ਚੁਗਲ ਚ ਔਰ ਅੱਜ ਦੇ ਦਿਨ ਤੋਂ ਸ਼ੁਰੂਆਤ ਹੋ ਗਈ ਹੈ MSP ਤੋਂ ਖਰੀਦ ਸ਼ੁਰੂ ਹੋ ਗਈ ਹੈ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬੜੀਆ ਤਰੀਕੇ ਦੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਇਹੀ ਕਿਸਾਨ ਕਹਿਣਗੇ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਦੁਨੀਆ ਸਮਝੇਗੀ ਔਰ ਅਸੀਂ ਇਹ ਰਾਜਨੀਤੀ ਕਰਨੀ ਹੈ ਮੁੱਦਿਆਂ ਦੀ ਕਰੋ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਦੋਂ ਕਰਨੇ ਆ ਤੁਹਾਡੀ ਕਿਸਾਨ ਭਰਾਵਾਂ ਨੂੰ ਇਹਨਾਂ ਨੇ ਕਿਹਾ ਸੀ ਕਿ 25,000 ਟਰੈਕਟਰ ਹਰ ਸਾਲ ਸਬਸਿਡੀ ਦਾ ਕਾਂਗਰਸ ਨੇ ਕਿਹਾ ਸੀ ਕੈਪਟਨ ਮੰਡਰ ਸਿੰਘ ਨੇ ਕਿ ਅਸੀਂ ਦੇਵਾਂਗੇ ਯਾਨੀ ਕਿ 4 ਸਾਲਾਂ ਚ ਹੁਣ ਤੱਕ 1,00,000 ਟਰੈਕਟਰ ਹੋਣਾ ਸੀ ਇਹਨਾਂ ਨੇ ਇੱਕ ਵੀ ਟਰੈਕਟਰ ਨਹੀਂ ਦਿੱਤਾ ਇਹਨਾਂ ਨੇ ਸਿਰਫ ਗੱਲਾਂ ਕੀਤੀਆਂ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਫਰਕ ਇਹਨਾਂ ਇਹਨਾਂ ਕੋਲ ਮੂੰਹ ਮੱਥੇ ਲੱਗਣ ਲਈ ਲੋਕਾਂ ਦੇ ਕੋਈ ਗੱਲ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਕੋਲ ਹਰ ਸਵਾਲ ਦਾ ਹਰ ਜਵਾਬ ਹੈ ਔਰ ਕੀਤੇ ਹੋਏ ਵਾਅਦੇ ਪੂਰੇ ਕੀਤਿਆਂ ਦਾ ਸਬੂਤ ਹੈ ਜੀ ਦੂਜੇ ਪਾਸੇ ਤੁਸੀਂ ਹੁਣੀ ਜ਼ਿਕਰ ਕੀਤਾ ਕਿ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਜੇ ਤੁਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਤੇ ਫਿਰ ਬੀਜੇਪੀ ਸਰਕਾਰ ਜਿਹੜੀ ਆ ਉਹ ਕਸ਼ਮੀਰ ਤੋਂ ਪੰਜਾਬੀ ਕਿਉਂ ਬੈਨ ਕਰ ਦਿੰਦੀ ਹੈ ਤੁਸੀਂ ਸੁਖਬੀਰ ਬਾਦਲ ਜੀ ਦੇ ਇੰਟਰਵਿਊ ਸੁਣ ਲਈ ਇਹ ਲੱਗਦਾ ਮੈਨੂੰ ਤੁਸੀਂ ਕਾਨੂੰਨ ਨਹੀਂ ਪੜਿਆ ਸੈਕਸ਼ਨ 4 ਉਹਦੇ ਵਿੱਚ ਸਪੈਸ਼ਲ ਐਕਟ ਦਿੱਤਾ ਹੈ ਉਹਦੇ ਵਿੱਚ ਪ੍ਰਚਾਰ ਪ੍ਰਸਾਰ ਪੰਜਾਬੀ ਦਾ ਹੋਣਾ ਇਹ ਤਾਂ ਗੁੰਮਰਾਹ ਕਰਨ ਵਾਲੀ ਗੱਲ ਕੀਤੀ ਹੈ ਸਪੈਸ਼ਲ ਰਾਈਟ ਦਿੱਤਾ ਹੈ ਪੰਜਾਬੀ ਨੂੰ ਜੰਮੂ ਕਸ਼ਮੀਰ ਦੇ ਵਿੱਚ ਇਹ ਕੀ ਬੀਜੇਪੀ ਵਾਲਿਆਂ ਕੋਲ ਹੀ ਕਾਨੂੰਨ ਰਹਿ ਜਾਂਦਾ ਹੈ ਜਾਂ ਦੂਸਰਿਆਂ ਲੋਕਾਂ ਤੱਕ ਸਪਰੈਡ ਨਹੀਂ ਹੁੰਦਾ ਕਿ ਦੂਸਰਿਆਂ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ ਤੇ ਉਹ ਸੋਸ਼ਲ ਮੀਡੀਆ ਤੇ ਪਾਉਣਾ ਸ਼ੁਰੂ ਕਰ ਦਿੰਦੇ ਆ ਨਿਊਜ਼ ਚੈਨਲਾਂ ਤੇ ਆਉਣਾ ਸ਼ੁਰੂ ਹੋ ਜਾਂਦਾ ਕੀ ਕਾਰਨ ਤੁਸੀਂ ਦੇਖੋ ਕੋਈ ਵੀ ਕਾਨੂੰਨ ਹਨੇਰੇ 'ਚ ਬਣਦਾ ਜੀ ਲੋਕ ਸਭਾ 'ਚ ਬਣਦਾ ਲੋਕ ਸਭਾ 'ਚ ਸੱਤਾ ਵਿਪਕਸ਼ ਟੀਵੀ ਤੇ ਆਉਂਦਾ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਰਾਜ ਸਭਾ 'ਚ ਤਾਂ ਚਲਾਇਆ ਨਹੀਂ ਕੀ ਹੋਇਆ ਪਾਰਲੀਮੈਂਟ ਜੋ ਪਾਰਲੀਮੈਂਟ 'ਚ ਇੰਨਾ ਹੰਗਾਮਾ ਹੋਇਆ ਉਹ ਸਾਰਾ ਤੁਹਾਨੂੰ ਵੀ ਪਤਾ ਜਗ ਜ਼ਾਹਰ ਹੈ ਸੋਸ਼ਲ ਮੀਡੀਆ ਤੇ ਹੋਇਆ ਜਿਸ ਦਿਨ ਰਾਜ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਰਾਜ ਸਭਾ 'ਚ ਸ਼ੋਰ ਸ਼ਰਾਬਾ ਜੀ ਕਾਂਗਰਸ ਵੇਲੇ ਕੁਰਸੀਆਂ ਚੱਲਦੀਆਂ ਸੀ ਸਿਰ ਫੱਟਦੇ ਸੀ ਜੀ ਉਹ ਟੀਵੀ ਤੇ ਨਹੀਂ ਆਉਂਦਾ ਸੀ ਸਾਡੀ ਸਰਕਾਰ ਨੇ ਦੇ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਇਆ ਸਾਡਾ ਬਹੁਮਤ ਸੀ ਅਸੀਂ ਸਾਬਤ ਕੀਤਾ ਇਹ 370 ਅਸੀਂ ਤੋੜੀ ਇਹ ਤਾਂ ਖਿਲਾਫ CAA ਕਾਨੂੰਨ ਲੈ ਕੇ ਆਏ ਨਾਗਰਿਕਤਾ ਸੰਸ਼ੋਧਨ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਇਹ ਉਹੀ ਮੁੱਖ ਮੰਤਰੀ ਹੈ ਜਿਹਨੇ ਚਿੱਠੀ ਲਿਖੀ ਸੀ ਨਾਗਰਿਕਤਾ ਸੰਸ਼ੋਧਨ ਕਾਨੂੰਨ ਦਾ ਮੈਂ ਵਿਰੋਧ ਕਰਦਾ ਲਾਕਡਾਊਨ ਦੇ ਦੌਰਾਨ ਇਹਨੇ ਚਿੱਠੀ ਲਿਖੀ ਕਿ ਅਫਗਾਨਿਸਤਾਨ 'ਚ ਸਿੱਖ ਭਰਾ ਫਸ ਗਏ ਉਹਨਾਂ ਨੂੰ ਲਿਆਓ ਥੋੜੇ ਦਿਨ ਪਹਿਲਾਂ 800 ਤੋਂ ਜ਼ਿਆਦਾ ਸਿੱਖ ਭਰਾ ਆ ਗਏ ਇੱਥੇ ਔਰ ਮੈਂ ਸਮਝਦਾ ਪੰਜਾਬੀਆਂ ਦੇ ਲਈ ਤਾਂ ਕੇਂਦਰ ਸਰਕਾਰ ਨੇ ਖਜ਼ਾਨੇ ਖੋਲਤੇ ਸਰਕਾਰ ਦੀਆਂ ਪਾਲਿਸੀਆਂ ਖੋਲ ਦਿੱਤੀਆਂ ਮੈਂ ਸਮਝਦਾ ਜਿੰਨਾ ਪੰਜਾਬੀਆਂ ਦੇ ਲਈ ਮੋਦੀ ਸਰਕਾਰ ਕੰਮ ਕਰ ਰਹੀ ਹੈ ਹੋਰ ਰਾਜਿਆਂ 'ਚ ਉਨੀ ਪ੍ਰੈਫਰੈਂਸ ਨਹੀਂ ਦਿੱਤੀ ਜਾ ਰਹੀ ਦੂਸਰੇ ਪਾਸੇ ਜੇ ਗੱਲ ਕਰੀਏ ਕਿ ਸਾਰੇ ਗੁੰਮਰਾਹ ਹੋਏ ਪਰ ਜਿਹਦਾ 9 ਮਾਸ ਦਾ ਰਿਸ਼ਤਾ ਜਿਸ ਪਾਰਟੀ ਦਾ ਕਿਹਾ ਜਾਂਦਾ ਸੀ ਫਿਰ ਉਹ ਪਾਰਟੀ ਕਿਉਂ ਵੱਖ ਹੋ ਗਈ ਇਹਦੇ ਬਾਰੇ ਉਹੀ ਦੱਸ ਸਕਦੇ ਆ ਸੁਖਬੀਰ ਸਿੰਘ ਬਾਦਲ ਜੀ ਉਹ ਕਿਉਂ ਵੱਖ ਹੋਏ ਜਿਹੜੇ 2 ਮੁੱਦਿਆਂ ਤੇ ਉਹ ਵੱਖ ਹੋਇਆ ਉਹਨਾਂ ਨੇ ਕਿਹਾ ਕਿ ਨਾ ਆ ਜਿਹੜਾ ਕਾਨੂੰਨ ਬਣਿਆ ਕਿਸਾਨੀ ਦਾ ਉਹਦੇ ਵਿੱਚ ਸਾਡਾ ਜਿਹੜਾ ਹੈ ਉਹ ਸੁਣੀ ਨਹੀਂ ਗਈ ਜਦਕਿ ਉਹ ਮੀਟਿੰਗ 'ਚ ਸੀਗੇ ਉਹਨਾਂ ਨੇ ਜਿੰਨੀ ਵਾਰੀ ਕਿਹਾ ਉਨੀ ਵਾਰੀ ਮਿਲੇ ਉਹਨਾਂ ਨੇ ਕਿਹਾ MSP ਦਾ ਲਿਖ ਕੇ ਦਿਓ ਉਹਨਾਂ ਨੂੰ ਲਿਖ ਕੇ ਦਿੱਤਾ ਫਿਰ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਪੰਜਾਬੀ ਨਹੀਂ ਪੰਜਾਬੀ ਵੀ ਵਿੱਚ ਹੈ ਔਰ ਪੰਜਾਬੀ ਦਾ ਸਭ ਕੁਝ ਵਿੱਚ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈ ਤੇ ਇਹ ਹੁਣ ਅਕਾਲੀ ਦਲ ਵਾਲੇ ਦੱਸ ਸਕਦੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਦੂਜੇ ਪਾਸੇ ਜੇ ਅਸੀਂ ਦੇਖਦੇ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਫਿਰ ਉਸੇ ਦਿਨ ਜਾ ਕੇ ਉਸੇ ਦਿਨ ਸ਼ਨੀਵਾਰ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਅਲਾਇੰਸ ਜਿਹੜਾ ਉਹ ਖਤਮ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਸਾਡੀ ਬੀਜੇਪੀ 'ਚ ਸੁਣਵਾਈ ਨਹੀਂ ਹੋਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੀਜੇਪੀ ਕਿਵੇਂ ਦੇਖਦਾ ਦੇਖੋ ਜਿੰਨੀ ਸੁਣਵਾਈ ਅਕਾਲੀ ਦਲ ਦੀ ਹੋਈ ਸਿਰਫ 2 MP ਹੈ ਤੇ ਕੇਂਦਰ 'ਚ ਵਜ਼ੀਰ ਬਣਾਏ ਤੇ ਮੈਂ ਸਮਝਦਾ ਸਾਡੀ ਇਹ ਸ਼ਿਕਾਇਤ ਤਾਂ ਬੀਜੇਪੀ ਦੇ ਪੰਜਾਬ ਦੇ ਕਾਰਜਕਰਤਾਵਾਂ ਨੂੰ ਸੀ ਕਿ ਸਾਨੂੰ ਸੇਕ ਲੱਗਦਾ ਸਾਡੀ ਸੁਣਵਾਈ ਨਹੀਂ ਹੁੰਦੀ ਇਹਨਾਂ ਦੀ ਤਾਂ ਸਾਰੀ ਸੁਣਵਾਈ ਹੁੰਦੀ ਹੈ ਇਹ 2 ਮੀਆਂ ਬੀਬੀ ਜਿੱਤੇ ਦੋਨਾਂ ਨੂੰ ਬਣਾਇਆ ਅਸੀਂ ਗਠਬੰਧਨ ਧਰਮ ਨਿਭਾਇਆ ਅਸੀਂ ਹਰ ਜਗ੍ਹਾ ਨਿਭਾ ਰਹੇ ਹਾਂ ਔਰ ਅਸੀਂ ਤਾਂ ਕਦੀ ਇਹਨਾਂ ਨਾਲ ਵਿਤਕਰਾ ਕੀਤਾ ਨਹੀਂ ਇਹ ਜਦੋਂ ਚਾਹੁੰਦੇ ਸੀ ਜੋ ਕਹਿੰਦੇ ਸੀ ਅਸੀਂ ਕਰਦੇ ਸੀ ਔਰ ਹੁਣ ਵੀ ਕੀਤਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਵਿਰੋਧ ਕਰ ਰਹੇ ਹੈ ਉਹ ਆਪ ਖੁਦ ਇਸ ਬਿੱਲ ਦੀ ਮੀਟਿੰਗ 'ਚ ਸੀ ਮਨਪ੍ਰੀਤ ਬਾਦਲ ਉਹਨਾਂ ਦੇ ਸੀਗੇ ਜੀ ਅਸੀਂ ਇਹ ਸਵਾਲ ਅਸੀਂ ਕਾਂਗਰਸੀਆਂ ਨੂੰ ਵੀ ਕੀਤਾ ਸੀ ਉਹਨਾਂ ਦੇ MLA ਨੂੰ ਵੀ ਪੁੱਛਿਆ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਸੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕਿਉਂ ਨਹੀਂ ਕੀਤਾ ਤੇ ਉਹ ਕਹਿੰਦੇ ਵੀ ਜੇ ਕਿਸੇ ਨੂੰ ਲੱਗਦਾ ਕਿ ਉਹ ਸੀਗੇ ਤਾਂ ਸਾਨੂੰ ਐਵੀਡੈਂਸ ਦਿਖਾ ਦੇਣ ਕਿ ਉਹ ਸੀਗੇ ਜਿਹੜਾ ਸਰਕਾਰੀ ਡਾਕੂਮੈਂਟ ਹੁੰਦਾ ਕਦੀ ਝੂਠ ਨਹੀਂ ਹੁੰਦਾ ਠੀਕ ਹੈ ਜੀ ਦੂਸਰਾ ਇੱਕ ਹੋਰ ਸਬੂਤ ਔਰ ਪ੍ਰਸ਼ਨ ਤੁਹਾਨੂੰ ਕਹਿਣਾ 2019 ਦਾ ਮੈਨੀਫੈਸਟੋ ਕਾਂਗਰਸ ਵਾਲਿਆਂ ਨੂੰ ਕਹੀਓ ਦਿਖਾਉਣ
उन्होंने कहा नहीं मंडिया खत्म कर देंगे, उन्होंने कहा नहीं इंटरस्टेट बिजनेस देंगे, उन्होंने कहा नहीं ईपीएमसी एक्ट खत्म प्रोविजन च आप रद्दो बदल करांगे। ये नहीं है कि तुसी कर दो तो मां स्वादी है साढ़े लिए बेस्वादी है, ये बिल्कुल गलत दोहरी मानसिकता का प्रमाण है। और मैं फिर दोबारा तुहाडे माध्यम तो किसान भरावन कहना चाहना है दिल खोल के गल करो, समझो भी समझाओ भी, और तुहानू मजबूत करन दा तुहाडे लिए भारतीय जनता पार्टी की सरकार है। और असी सपना नरेंद्र मोदी जी का 2022 तक किसानां दी आमदन नू डबल करना है और उसनू डबल करके दिखावांगे, उदी शुरुआत ये तीनों एक्टां दे नाल कर दी है मोदी सरकार। दूजे पासे उस चीज नू किवें देखदे हैं कि जदों सारे ये गल कह रहे हैं कि आत्मनिर्भर होण दी गल कही जा रही है पर सानू आस नहीं कि सानू आत्मनिर्भर जिहड़ा ओह कीता जाएगा। देखो किसी भी काम की शुरुआत पहला कह देंगे बेवकूफ है जी। फिर उसका विरोध करते हैं, फिर एक्सैप्ट करते हैं, एक मेंटल लैवल साडा सैटअप करता इन्होंने, इन्होंने हम विरोध कर लिया, पहला इग्नोर करता सी हम विरोध कर लिया, हम तुहाडे सामने एक्सैप्ट करन दाना। और जदों किसी किसान नू जिहड़ा फसल का पूरा मुल मिलना है जिथे चाहे मिलना है, सरकार वालों रायतां मिलनियां, सहयोग मिलना है, उहदे ते कर्जा नहीं चढ़ना, तो उन्हें आत्मनिर्भर जी बड़े कहम सवाल भी बन जाता है कि ठीक है आत्मनिर्भर उन्होंने बन जाना है ठीक है, पर दूसरे पासे किसानां नूं इह बार बार डर जिहड़ा उन्हां नूं अंदरों अंदरी खा रहा है कि सानू जिदा हुण झोने की जिहड़ी खरीद सी उह 1 अक्टूबर मिथी गई सी, एकदम उन्होंने 26 कर दिती, तो यह सवाल असीं किसानां नूं भी पुछिया सी, तां किसानां दा कहना है कि सानू केंद्र सरकार गुमराह कर रही है पर असीं इह गुमराह दे विच नहीं आउणा चाहुंदे, चाहे खरीद ना होवे 1 साल असीं इहदा नुकसान भुगत लांगे पर आउण वालियां पीढ़ियां साडियां जिहड़ियां खुश होणे बिल जिहड़ा वापस करवा के ही सहार लिया जाए। देखो इह जिहड़ा कानून है इह पीढ़ियां दे विकास दा ही कानून है जी। जो फसल खराब हो जाती सी ना तो किसान रोंदा सी बेचारा, सरकार लई दर दर भटकदा सी, ये जिहड़ा कानून है जे इहदे च फसल खराब होएगी तो कानून जिहड़े पैसे है किसान दे घर च उहदे खाते तक जाणगे, किसान नूं फर्क नहीं होएगा कि मीं नेरी हड़ आ गए तो उहदी फसल खराब हो गई या किसी भी कारण ना हो जाए, एक फसल का भी बीमा हो जाना इहदे च। और इहदे विच हुण किसान दी पीढ़ियां दा विकास होना है, तो ये जिहड़ा गुमराह करे फिर उत्थे ही है कि ये गुमराह कर रहे हैं पंजाब सरकार, पंजाब सरकार दे मंत्री, क्योंकि इन्हां कोले कोई मुद्दा ही नहीं है मत्थे लगण दा, इन्हां ने कहा सी घर घर नौकरी देंगे नहीं है, इन्होंने कहा सी किसानां दा सरकारी गैर सरकारी आड़तियां दा कोऑपरेटिव सोसाइटियां दा कर्जा माफ करांगे, किसे दा नहीं कीता, इन्हां ने कहा सी सस्ती बिजली देंगे इन्होंने वह नहीं की, इन्होंने कहा सीगा हाउस टैक्स प्रॉपर्टी टैक्स खत्म करांगे वह नहीं किया, अज कांग्रेस तो व्यापारी परेशान है, किसान परेशान है, नौजवान परेशान है, किदे मत्थे लगूगे, इस करके इन्होंने कहा कि असीं किसे दे मत्थे तां लग नहीं सकदे, क्या इसे बहाने अपनी जमीन कोई रस्ता लभीए कि जनता बीजेपी कितने स्टैंड कर दे ठीक है, तुसी सारियां तुसी ओपोजिशन पार्टी हो, तुसी सारियां खामियां कांग्रेस दियां दस दित्तियां कि बीजेपी कितने स्टैंड कर, देखो ओपोजिशन पार्टी असीं नहीं है, ओपोजिशन पार्टी का जिहड़ा पोस्ट है वह आम आदमी पार्टी के कोल है, यह सत्ता और विपक्ष का गठबंधन है, भारतीय जनता पार्टी तो एक मतलब समझ लो विरोधी धिर बनन मतलब विरोधी धिर की तरह काम कर रही है, और भारतीय जनता पार्टी पंजाब ते पंजाबीयत लई खड़ी है, पंजाब की राखी लई खड़ी है, पंजाब के नौजवान किसान व्यापारी नौ हर उस काम लई खड़ी है जिहड़े पंजाब नूं वधाण वाला होएगा, पंजाब नूं अगे लैके जाण वाला होएगा, जिहड़ा पंजाब नूं मजबूत पंजाब नशा मुक्त पंजाब माफिया मुक्त पंजाब बनाण वाला होएगा। अज तुसी पंजाब नूं मैं समझदा है जिहड़े लीडर है इन्होंने पंजाब की जवानी नशे च खत्म कराती, जिहड़े लोग अज रौला पा रहे हैं ਇਹ ਹੁਣ ਕਿਸਾਨੀ ਵੱਲ ਨੂੰ ਹੋਇਆ, ਕਿਸਾਨੀ ਨੂੰ ਵੀ ਕੁਛ ਨਹੀਂ ਹੁੰਦੇ ਨਾ ਜੀ, ਬੜਾ ਜੀ ਬੜਾ ਅਹਿਮ ਸਵਾਲ ਆ ਇਹ ਵੀ ਕਿ ਤੁਸੀਂ ਕਿਹਾ ਸੀ ਨਸ਼ੇ ਨੂੰ ਖਤਮ ਕਰਨਾ, ਯੂਪੀ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੀ ਹਾਂ ਕਿ ਲੋਕਡਾਊਨ ਦੌਰਾਨ ਕਿੰਨੀ ਸ਼ਰਾਬ ਵਿਕੀ ਹੈ, ਹੋਰ ਵੀ ਉੱਥੇ ਬਥੇਰਾ ਨਸ਼ੇ ਦਾ ਸੇਵਨ ਹੁੰਦਾ, ਯੂਪੀ ਦੇ ਵਿੱਚ ਦੀ ਗੱਲ ਤੁਸੀਂ ਇਹ ਕਰਦੇ ਹੋ ਉੱਥੇ ਬੀਜੇਪੀ ਬੈਠੀ ਹੈ, ਮੈਂ ਉਹੀ ਦੱਸਣ ਲੱਗਾ ਨਾ ਤੁਹਾਨੂੰ ਦੋਨਾਂ ਦਾ ਜੀ, 125 ਬੰਦੇ ਕਿੱਥੇ ਮਰੇ, ਤਰਨਤਾਰਨ ਉਹ ਕਿੱਥੇ ਹੈ, ਪੰਜਾਬ ਚ ਠੇਕੇ ਖੁੱਲੇ, रश कि लगा यूपी च लगा, यूपी च लगा ना जी, यूपी च लगा ना, वो क्यों लगा कि उन्होंने लॉकडाउन दौरान
मैं ये नहीं कहता कि बिल्कुल ही नहीं हो गए नहीं मिले कि लॉकडाउन के दौरान उन्होंने जिनी मात्रा च शराब चाहिए सी वह नहीं मिली इस करके ठेके खुलते रश पै गया पंजाब के अंदर नशे ना बंदे मर गए रोज मर रहे हैं पंजाब के अंदर राशन नहीं लगा ठेकों क्यों घर घर सप्लाई होगी इन्हों के अपने मंत्री 5600 करोड़ का डिस्टिलरी का घोटाला कर गया एक किसी ओपोजिशन ने नहीं खोलिया इन्हों के अपने मंत्रियों ने कैबिनेट मीटिंग च खोलिया इन की सरकार 125 बंदे मर गए तो इन्हों के एम एल ए के नाम आए वह असी नहीं लिते वह जिन्होंने परिवारों के बंदे मरे उन्होंने लिते और फिर नशे की गल तुसी कहो भारतीय जनता पार्टी जीरो टॉलरेंस से काम करती है चाहे वह नशे की गल हो चाहे वह भ्रष्टाचार की काम होवे इन्होंने भ्रष्टाचार के उत्ते दलित बच्चों के पैसे खा गए शराब के नशे के नशिया के मामले च नौजवान खा गए और हले भी ये इन्होंने अपने आप को सही दसन की कोशिश कर रहे हैं और पंजाब की जनता इसको चंगी तरह समझती है पंजाब के शहरी लोग भी चंगी तरह समझ रहे और आने वाले समय के मतलब मैं समझदा रस्ता ना पिंडां च मिलना है ना किसानां ने देना है ना नौजवानां ने देना है ना व्यापारियां ने देना है क्योंकि सारियां नूं उहनां दे लई भारतीय जनता पार्टी दे कीते होए काम दिखण भी लगन लपणे है संगरूर दे विचे हो चुका मानसे दे विचे हो चुका कि उन्होंने स्पेशली ले दिता कि बीजेपी तो बाइकाट देखो जो सरकार नाल होवे ना जी उदो बहुत कुछ हुंदा हुंदा ये माइनर गल्लां ये सरकार दे बोर्ड तैयार कराए हुए है कांग्रसियां दे बोर्ड तैयार कराए हुए कांग्रसियां वल्लों करवाया जा रहा एक षड्यंत्र है जिदा यह चक्कर भी टुट चुका है देखने थोड़े दिन दिख जाना यह कांग्रेस पूरी तरह फेल हो चुकी है विरोधी पार्टियां मतलब जवाब दे उन्हों को जवाब ही नहीं है पब्लिक का फेस किदा करांगे इसलिए यह जो झूठे प्रचार वरगलाने की कोशिश कर रहे कोई भी पार्टी मोदी सरकार के इस सही नियमों के खिलाफ खड़ी नहीं हो सकती और ना ही मतलब कोई जवाब दे सकती है दूजे पासे जो हैदराबाद प्रियंका रेड्डी की मौत हुई सी गैंगरेप होया सीगा ते बहुत मुद्दा जेड़ा सी हाईलाइट होया सी हर एक दे चैनल दे उत्ते चर्चा का विषय बनिया होया सी हर एक लीडर दे जुबाना ते चर्चा का विषय बनिया होया सी हुण हाल ही दे विच यूपी दे विच गैंगरेप होया मनीषा दे नाल दलित परिवार चो कुड़ी है हजे तक उन्हें इंसाफ नहीं मिलिया उत्ते की कहना चाहुंदे तुसी एक गल कीती है मैं इस सवाल नूं किसी राजनीतिक एंगल ना नहीं देखता सब मावां भैणां वाले आ और इस मामले दे विच मैं समझदा जीरो टॉलरेंस ते जे कोई काम होया तो तुहाडे ध्यान च होवेगा कि ओपनली मीडिया च बोलना मैं चंगा नहीं समझदा जिन्नी तेजी दे नाल गुंडियां दे विच माफिया दे विच ਇਹ ਜੀਆਂ ਕਾਨੂੰਨੀ ਹਰਕਤਾਂ ਕਰਨ ਵਾਲਿਆਂ 'ਚ ਡਰ ਮੋਦੀ ਸਰਕਾਰ ਨੇ ਤਾਂ ਪਾਇਆ ਸੀ ਯੋਗੀ ਸਰਕਾਰ ਨੇ ਜੋ ਕੀਤਾ ਉਹ ਆਪਣੇ ਆਪ 'ਚ ਸਾਰੇ ਪ੍ਰਸ਼ਨਾਂ ਦਾ ਉੱਤਰ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਗੁੰਡਾਗਰਦੀ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਕੋਈ ਐਂਟੀ ਸੋਸ਼ਲ ਐਲੀਮੈਂਟ ਨਾ ਪੰਜਾਬ ਦੇਸ਼ 'ਚ ਰਹੇਗਾ ਨਾ ਕਿਸੇ ਨੂੰ ਪਨਪਨ ਦੇਣਾਂਗੇ ਇਹ ਭਾਰਤੀ ਜਨਤਾ ਪਾਰਟੀ ਦੀ ਨੀਤੀ ਔਰ ਕੰਮ ਕਰ ਰਹੀ ਹੈ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਦੋਂ ਦਾ ਗੱਠਜੋੜ ਟੁੱਟ ਗਿਆ ਕਿ ਇੱਕ ਬ੍ਰੇਕਅਪ ਹੋ ਗਿਆ ਜਿਹੜੇ ਵੱਡੇ ਬਾਦਲ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸਾਡਾ ਬੀਜੇਪੀ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਉਹ ਇੰਨੇ ਸਾਲ ਤੱਕ ਚੱਲਦਾ ਰਿਹਾ ਤੇ ਆਖਿਰ ਨੂੰ ਇੱਕ ਜਿਹੜੇ ਕਿਸਾਨ ਮਾਰੂ ਨੀਤੀਆਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਕਹਿੰਦੇ ਨੇ ਤੇ ਉਹਦੇ ਦੌਰਾਨ ਉਹਨਾਂ ਨੇ ਗੱਠਜੋੜ ਜਿਹੜਾ ਉਹ ਤੋੜ ਦਿੱਤਾ ਦੂਸਰੇ ਪਾਸੇ ਇਹ ਵੀ ਚਰਚਾ ਆਉਂਦੀ ਹੈ ਕਿ ਬੀਜੇਪੀ ਦਾ ਜਿਹੜਾ ਨਾਮ ਸੀ ਬੀਜੇਪੀ ਨੂੰ ਪੰਜਾਬ 'ਚ ਐਂਟਰ ਕਰਵਾਉਣ ਵਾਲੀ ਅਕਾਲੀ ਦਲ ਹੈ ਕਿ ਹੁਣ ਕਿਤੇ ਬੀਜੇਪੀ ਇਕੱਲੀ ਐਂਟਰ ਕਰ ਲੇਗੀ बीजेपी नूं एंटर कराण वाली अकाली दल नहीं है बीजेपी जनसंघ तो चली हुई जनता पार्टी है और ठीक है 9 मास असी तां मास ते खड़े सी ये तो हुण यही दस सकदे आ कि 9 हैगा कि नहीं हैगा और इन्होंने गठबंधन तोड़िया असी नहीं तोड़िया असी जड़ा ये बिल बनिया उहदी हर मीटिंग च हरसिमरत कौर बादल रहे इन्होंने जो किया असी कीता ते इन्होंने सब तो पहला लोगों नूं किया कि यह पक्ष वाला है पता नहीं हुण किहड़े कारणां करके यह विरोध कर रहे हैं यह यही दस सकते हैं भारतीय जनता पार्टी इस गल दे नाल है कि असीं पंजाबी हैं पंजाबी की रक्षा करनी और पंजाबीयत की रक्षा करनी और मैं समझदा हर योजना पंजाब दे हित च लैके जे पंजाबी मां बोली की रक्षा 70 सालों च जे किसी ने की है ना जो उन्होंने प्रमोट करन दा काम कीता है सुखबीर बादल जी ये भी दसन किस
इकली जम्मू की गल करते हैं, पंजाब के अंदर जिहड़ी नवी शिक्षा नीति भारत सरकार ने लागू की है, अठवीं तक हुण हर बच्चा पंजाबी पढ़ेगा, पंजाबियां दी राखी, पंजाबी दी मां बोली दी जे किसी ने रक्षा की है, मजबूत करन दा काम किया भारतीय जनता पार्टी की सरकार ने किया, मोदी सरकार ने किया। और ये गठबंधन वाला प्रश्न उही जवाब दे सकदे, असी नहीं तोड़िया, असी जोड़न दा काम जानदे, असी तोड़ना नहीं जानदे। 2022 दे इलैक्शनां नूं किवें देखदे? इलैक्शनां नूं इलैक्शनां दी तरह देखदे आ, और भाजपा दा परचम लहरेगा ये देखदे आ। हर पंजाब दे अंदर 117 विधानसभा दे अंदर भारतीय जनता पार्टी का संगठन है, पंजाब दे अंदर 23,000 दे करीब बूथ है, बूथां दे उत्ते भारतीय जनता पार्टी दे कार्यकर्ता मौजूद है। और समय आन दिओ, जिस तरह साडी केंद्रीय नेतृत्व जाऊगा उदां दा काम करांगे, और पंजाब ते पंजाबीयत और पंजाबी लोकां दी जो आवाज होएगी उहदे अनुसार सब कुछ होएगा। और भारतीय जनता पार्टी 2022 च दुनिया की सब तो वड्डी पार्टी बन चुकी है, देश की बन चुकी है, लोकसभा राज्यसभा सब की बन चुकी है, और पंजाब की भी सब तो वड्डी पार्टी भारतीय जनता पार्टी बनेगी। जी बहुत बहुत शुक्रिया सर, धन्यवाद जी। सो ये साडे नाल एडवोकेट अशोक सरही, सो जिन्हां ने तमाम जानकारी जिहड़ी दित्ती है, किसानां नूं गुमराह किया जा रहा है, बाकी लोगों नूं गुमराह किया जा रहा है, कि ये जिहड़ियां नीतियां बनाईयां गईयां ने, जिहड़े कानून बन गए ने, सो ये कानून लोगों के हितों के ने, किसानां के हितों के ने, कि जिहड़ा कश्मीर दे विच वी पंजाबी नूं बैन किया गया, गुमराह किया जा रहा है, लोगों नूं इहो जिहा कुछ भी नहीं है। सो सारियां चीजां जिहड़ियां ने उहनां ने क्लीयर कीतियां ने, असीं आस करदे हां कि शायद आने वाले समय दे विच यही काम जिहड़ा बीजेपी ने उहनां दे उप प्रधान जिहड़े ने उहनां ने साणू दस्सिया है, सो इहो जिहा उपराला इहनां दी बाकी टीम भी करे कि जाके लोगों नूं इहनां गुमराह होण तों बचाया जा सके, नुकसान होण तों जिहड़ा ठल पाई जा सके, ताकि लोग जिहड़े ने जानी माली नुकसान तों बचा कर सकन, जिवें सारे जाणदे ने दिल्ली दे विच अज की होया, सो उस चीज़ तों जिहड़ा बचा पंजाब दा ते पंजाबीयत दा ते पंजाब दी नौजवान पीढ़ी दा कीता जा सके। सो इसे दे नाल मैनूं कीर्ति ते कैमरामैन शिवम गिल नूं दो इजाजत, धन्नवाद।